ਵੀ ਸਾਥੀਓ, ਸਾਰਿਆਂ ਨੂੰ ਨਮੋ ਵਧਾਏ, ਜੈ ਭੀਮ। ਅੱਜ ਤਥਾਗਤ ਭਗਵਾਨ ਬੁੱਧ ਨਿਰਵਾਣ ਕੁਟੀਆ ਮਾਹਲਪੁਰ ਵਿਖੇ ਹਰ ਮਹੀਨੇ ਦੀ ਤਰ੍ਹਾਂ ਮਹੀਨਾਵਾਰ ਪ੍ਰੋਗਰਾਮ ਕੀਤਾ ਗਿਆ। ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਤਸਵੀਰਾਂ ਅੱਗੇ ਪ੍ਰਣਾਮ ਕੀਤਾ ਗਿਆ। ਅਗਰਬੱਤੀ ਲਗਾਈ ਗਈ। ਉਸ ਤੋਂ ਬਾਅਦ ਤ੍ਰਿਸ਼ਨ, ਪੰਚਸ਼ੀਲ ਅਤੇ ਸਤਿਗੁਰੂ ਕਬੀਰ ਮਹਾਰਾਜ ਮੈਡੀਟੇਸ਼ਨ ਹਾਲ ਵਿਖੇ ਬੁੱਧ ਵੰਦਨਾ ਕੀਤੀ ਗਈ ਅਤੇ ਹਰ ਵਾਰ ਦੀ ਤਰ੍ਹਾਂ ਸਾਧਨਾ ਕਰਕੇ ਸਰਬੱਤ ਦੇ ਭਲੇ ਦਾ, ਸਰਬੱਤ ਦਾ ਭਲਾ ਮੰਗਿਆ ਗਿਆ, ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਜਿਵੇਂ ਕਿ ਲਾਕਡਾਊਨ ਦੀ ਪ੍ਰਕਿਰਿਆ ਚੱਲ ਰਹੀ ਹੈ, ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਇਕਾਂਤ ਵਿੱਚ ਰਹਿ ਰਹੇ ਨੇ। ਉਸ ਚੀਜ਼ ਦੇ ਮੱਦੇਨਜ਼ਰ ਪੁਰਾਣੀ ਲੜੀ ਨੂੰ ਜਾਰੀ ਰੱਖਦਿਆਂ ਇਕੱਲੇ ਨੇ ਹੀ ਅੱਜ ਪ੍ਰੋਗਰਾਮ ਕੀਤਾ। ਮਹਾਂਪੁਰਸ਼ਾਂ ਦਾ ਆਸ਼ੀਰਵਾਦ ਨਾਲ ਰਿਹਾ ਅਤੇ ਤੁਸੀਂ ਸਾਰੇ ਸਾਥੀ ਜਿਹੜੇ ਵੀ ਪਿਛਲੇ ਦਿਨਾਂ ਦੇ ਦੌਰਾਨ, ਪਿਛਲੇ ਲੰਬੇ ਸਾਲਾਂ ਤੋਂ ਇੱਥੇ ਆਉਂਦੇ ਰਹੇ ਨੇ, ਤੁਹਾਡੇ ਸਾਰੇ ਹੀ ਸਾਥੀਆਂ ਦੀਆਂ ਯਾਦਾਂ ਮੌਜੂਦ ਸਨ। ਤੁਹਾਡੇ ਸਾਰੇ ਸਾਥੀਆਂ ਦੀ ਯਾਦ ਇਸ ਪ੍ਰੋਗਰਾਮ ਦੇ ਵਿੱਚ ਕਾਇਮ ਰਹੀ। ਤਥਾਗਤ ਭਗਵਾਨ ਬੁੱਧ ਅਤੇ ਹੋਰ ਬੁੱਧ ਪੁਰਸ਼ ਤੁਹਾਨੂੰ ਸਾਰਿਆਂ ਨੂੰ ਹੀ ਸੁੱਖ, ਸ਼ਾਂਤੀ, ਸੱਚ ਦਾ ਗਿਆਨ ਅਤੇ ਨਿਰਵਾਣ ਦੀ ਪ੍ਰਾਪਤੀ ਤੱਕ ਲੈ ਕੇ ਜਾਣ। ਅਤੇ ਅਗਲੇ ਮਹੀਨੇ 7 ਮਈ ਨੂੰ ਤਥਾਗਤ ਭਗਵਾਨ ਬੁੱਧ ਦਾ ਜਨਮ ਦਿਨ, ਬੁੱਧ ਜਯੰਤੀ ਹੈ। ਸੋ 7 ਤਰੀਕ ਨੂੰ ਕੋਈ ਛੋਟਾ ਮੋਟਾ ਪ੍ਰੋਗਰਾਮ ਕਰਨ ਦੇ ਉੱਤੇ ਸਮੇਂ ਅਤੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਉਸ ਦੇ ਉੱਤੇ ਵਿਚਾਰ ਕਰਾਂਗੇ। ਉਦੋਂ ਤੱਕ ਤੁਸੀਂ ਸਾਰੇ ਸੁਖਪੂਰਵਕ ਰਹੋ, ਸਾਰੇ ਹੀ ਸਾਥੀਆਂ ਦਾ ਭਲਾ ਹੋਵੇ, ਸਾਰੇ ਹੀ ਸਾਥੀਆਂ ਦਾ ਮੰਗਲ ਹੋਵੇ, ਕਲਿਆਣ ਹੋਵੇ। ਇਹ ਤਥਾਗਤ ਭਗਵਾਨ ਬੁੱਧ ਨਿਰਵਾਣ ਕੁਟੀਆ ਮਾਹਲਪੁਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਤਥਾਗਤ ਭਗਵਾਨ ਬੁੱਧ ਨੇ ਪੰਚਸ਼ੀਲ ਮਾਰਗ, ਜਿਸ ਵਿੱਚ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਆਪਣਾ ਆਚਰਣ ਅਤੇ ਵਿਚਾਰ ਸ਼ੁੱਧ ਰੱਖਣੇ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣਾ, ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਇਹ ਪੰਚਸ਼ੀਲ ਦਾ ਮਾਰਗ ਦਿੱਤਾ ਹੈ, ਉਸ ਦੇ ਨਾਲ ਉਹਨਾਂ ਨੇ ਸਮਾਧੀ, ਧਿਆਨ ਸਾਧਨਾ ਕਰਨ ਦੀ ਗੱਲ ਕਹੀ ਹੈ ਅਤੇ ਨਾਲ ਹੀ ਪ੍ਰਿਗਿਆ, ਜਿਹੜਾ ਸਾਡਾ ਆਪਣਾ ਸੱਚ ਦਾ ਗਿਆਨ ਹੈ, ਉਹਦੇ ਅਨੁਸਾਰ ਉਹਦੀ ਅਨੁਭਵਤਾ ਦੇ ਨਾਲ ਆਪਣਾ ਜੀਵਨ ਜਿਹੜਾ ਹੈ ਉਹ ਵਿਚਾਰਨਾ ਹੈ। ਆ ਸਾਰਾ ਹੀ ਕੁਟੀਆ ਦਾ ਅੰਦਰਲਾ ਅਤੇ ਬਾਹਰਲਾ ਦ੍ਰਿਸ਼ ਹੈ। ਆ ਕੁਟੀਆ ਦੇ ਅੱਗੇ ਬੂਟੇ ਆ, ਇਹਨਾਂ ਬੂਟਿਆਂ ਦੀ ਪਿਛਲੇ ਦਿਨਾਂ ਤੋਂ ਸੇਵਾ ਸੰਭਾਲ, ਸਾਂਭ ਸੰਭਾਲ ਕਰਨ ਦੇ ਲਈ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ, ਫਿਰ ਵੀ ਇਹ ਕਾਇਮ ਨੇ ਅਤੇ ਇੱਥੇ ਆ ਕੇ ਸਾਫ਼ ਸਫਾਈ ਅਤੇ ਹੋਰ ਸਾਰਾ ਕੰਮ ਜਿਹੜਾ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ।
ਅਤੇ ਸੋ ਸਾਰੇ ਸਾਥੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ 7 ਮਈ ਨੂੰ ਬੁੱਧ ਜਯੰਤੀ ਦੀ ਲੱਖ ਲੱਖ ਵਧਾਈ ਹੋਵੇ। ਅਤੇ ਤੁਸੀਂ ਸਾਰੇ ਹੀ ਇਹਨਾਂ ਦਿਨਾਂ ਦੇ ਦੌਰਾਨ ਤਥਾਗਤ ਭਗਵਾਨ ਬੁੱਧ ਦੇ ਰਸਤੇ 'ਤੇ ਚੱਲਣ ਦੀ ਹਿੰਮਤ ਪੈਦਾ ਕਰੋ। ਲਓ ਜੀ, ਆ ਫੇਰ ਹੁਣ ਤੁਸੀਂ ਜਾ ਰਹੇ ਹੋ ਨਿਰਵਾਣ ਕੁਟੀਆ, ਕੁਟੀਆ ਦੇ ਅੰਦਰ ਤੁਸੀਂ ਪ੍ਰਵੇਸ਼ ਕਰ ਰਹੇ ਹੋ, ਮੱਥਾ ਟੇਕਣ ਜਾ ਰਹੇ ਹੋ। ਦੇਖੋ ਜੀ, ਦੇਖੋ ਮੈਡੀਟੇਸ਼ਨ ਹਾਲ ਦੀ ਤਸਵੀਰ, ਉਸ ਤੋਂ ਅੱਗੇ ਅੱਗੇ ਵੱਧ ਰਹੇ ਹਾਂ, ਜਾ ਰਹੇ ਹਾਂ ਅੱਗੇ ਕੁਟੀਆ ਦੇ ਵਿੱਚ, ਕੁਟੀਆ ਦੇ ਦਰਸ਼ਨ ਹੋ ਰਹੇ ਨੇ। ਦੇਖੋ ਜੀ, ਮਹਾਂਪੁਰਸ਼ ਉਹਨਾਂ ਦੀਆਂ ਤਸਵੀਰਾਂ, ਤਥਾਗਤ ਭਗਵਾਨ ਬੁੱਧ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸਤਿਗੁਰੂ ਕਬੀਰ ਮਹਾਰਾਜ ਜੀ, ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਅਤੇ ਇਹ ਤੁਹਾਡੇ ਸਾਰੇ ਹੀ ਸਾਥੀਆਂ ਦੀ ਆਪਣੀ ਕੁਟੀਆ, ਤੁਹਾਡਾ ਆਪਣਾ ਆਸਥਾ ਦਾ ਕੇਂਦਰ। ਸਾਰੇ ਹੀ ਖੁਸ਼ ਰਹੋ, ਸਾਰੇ ਹੀ ਖੁਸ਼ਹਾਲ ਰਹੋ। ਸਾਰਿਆਂ ਨੂੰ ਨਮਾਂ ਵਧਾਏ। ਜੈ ਭੀਮ, ਜੈ ਗੁਰਦੇਵ, ਧੰਨ ਗੁਰਦੇਵ।